ਬਿਲਾਵਲ ਮਹੱਲਾ ਪੰਜਵਾਂ। ਰਾਗ ਬਿਲਾਵਲ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਤੁਮ ਸਮਰੱਥਾ ਕਾਰਨ ਕਰਨ, ਇਹ ਮੇਰੇ ਸਭ ਤੋਂ ਵੱਡੇ ਮਾਲਕ, ਤੂੰ ਸਭ ਤਾਕਤਾਂ ਦਾ ਮਾਲਕ ਹੈ, ਤੂੰ ਜਗਤ ਦਾ ਰਚਨਹਾਰ ਹੈ। ਢਾਕਣ ਢਾਕ ਗੋਬਿੰਦ ਗੁਰ ਮੇਰੇ, ਮੋਹੇ ਅਪਰਾਧੀ ਸਰਨ ਚਰਨ ਰਹਾਓ। ਹੇ ਮੇਰੇ ਗੋਬਿੰਦ, ਮੇਰਾ ਪਰਦਾ ਢੱਕ ਲੈ, ਮੈਂ ਪਾਪੀ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ। ਜੋ ਜੋ ਕੀਨੋ ਸੋ ਤੁਮ ਜਾਣਿਓ, ਭੇਖਿਓ ਠੌਰ ਨਾ ਹੀ ਕਛ ਢੀਠ ਮੁਕਰਨ। ਜੋ ਕੁਝ ਮੈਂ ਨਿੱਤ ਕਰਦਾ ਰਹਿੰਦਾ ਹਾਂ, ਹੇ ਪਰਮਾਤਮਾ, ਉਹ ਤੂੰ ਸਭ ਕੁਝ ਜਾਣਦਾ ਹੈ ਅਤੇ ਵੇਖਦਾ ਹੈ। ਇਹਨਾਂ ਕਰਤੂਤਾਂ ਤੋਂ ਮੈਨੂੰ ਢੀਠ ਨੂੰ ਮੁਕਰਨ ਦੀ ਕੋਈ ਗੁੰਜਾਇਸ਼ ਨਹੀਂ। ਫਿਰ ਵੀ ਮੈਂ ਕਰੀ ਵੀ ਜਾਂਦਾ ਹਾਂ ਅਤੇ ਲੁਕਾਉਂਦਾ ਵੀ ਹਾਂ। ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ, ਕੋਟ ਆਗਾ ਤੇਰੋ ਨਾਮ ਹਰਨ। ਹੇ ਪਰਮਾਤਮਾ, ਮੈਂ ਸੁਣਿਆ ਹੈ ਕਿ ਤੂੰ ਬੜੀ ਸਮਰੱਥਾ ਵਾਲਾ ਹੈ, ਤੇਰਾ ਨਾਮ ਕਰੋੜਾਂ ਪਾਪਾਂ ਦੂਰ ਕਰ ਸਕਦਾ ਹੈ, ਮੈਨੂੰ ਵੀ ਆਪਣਾ ਨਾਮ ਬਖਸ਼। ਹਮਰੋ ਸੁਹਾਓ ਸਦਾ ਸਦ ਭੁੱਲਣ, ਤੁਮਰੋ ਬਿਰਧ ਪਤਿਤ ਉਦਰਨ। ਹੇ ਪਰਮਾਤਮਾ, ਅਸਾਂ ਜੀਵਾਂ ਦਾ ਸੁਭਾਅ ਹੀ ਹੈ ਨਿੱਤ ਭੁੱਲਾਂ ਕਰਦੇ ਰਹਿਣਾ, ਤੇਰਾ ਮੁੱਢ ਕਦੀਮਾ ਦਾ ਸੁਭਾਅ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣਾ। ਕਰੁਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਹੇ ਤਰਸ ਦੇ ਸੋਮੇ, ਹੇ ਕਿਰਪਾਲ, ਹੇ ਕਿਰਪਾ ਦੇ ਖਜ਼ਾਨੇ, ਨਾਨਕ ਨੂੰ ਆਪਣਾ ਦਰਸ਼ਨ ਦੇ। ਤੇਰਾ ਦਰਸ਼ਨ ਉੱਚੇ ਆਤਮਿਕ ਜੀਵਨ ਦਾ ਦਰਜਾ ਬਖਸ਼ਣ ਵਾਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।